ਹਾਂਜੀ ਆਇਆ ਨਹੀਂ ਤੇਰਾ ਰਿਕਸ਼ੇ ਵਾਲਾ। ਕੀਤਾ ਫੋਨ ਭਾਅ ਜੀ, ਉਹ ਕਹਿੰਦਾ ਸੀ ਵੀ ਇੱਕ ਸਵਾਰੀ ਹੈਗੀ ਆ, ਉਹ ਮੈਂ ਚੁੱਕ ਕੇ ਅਤੇ ਉਹਨੇ ਛੱਡ ਕੇ ਫਾਰਗ ਹੋ ਕੇ ਆ ਜਾਂਦਾ ਵਾਂ। ਅੱਲਾ ਖੈਰ ਕਰੇ, ਉਹਨੇ ਪਹੁੰਚਣ ਵਾਲਾ ਹੀ ਆ। ਤੂੰ ਭਾਅ ਜੀ ਸਵੇਰ ਦਾ ਇੱਥੇ ਲੱਗਾ ਆ ਤੂੰ? ਭਾਅ ਜੀ ਤੁਸੀਂ ਹੁਣ ਰਾਜ਼ੀ ਤਾਂ ਹੋਣਾ ਨਹੀਂ, ਮਾਲਕ ਕਿੱਥੋਂ ਰਾਜ਼ੀ ਹੁੰਦੇ ਨੇ? ਹਾਂ ਮਾਲਕ ਰਾਜ਼ੀ ਕਿੱਥੋਂ ਹੁੰਦੇ ਨੇ? ਅਸੀਂ ਆਪਦਾ ਤੂੰ ਕੁਛ ਛੋਲਾ ਛੋਲਾ ਹੱਥ ਨਾਲ ਕੰਮ ਕਰ, ਆਪਣਾ ਕੰਮ ਮੁਕਾ ਤੇ ਜਾਨ ਛੱਡਾ। ਭਾਅ ਜੀ 4 ਵਜੇ ਤੇ ਸਵੇਰ ਦੇ ਤਈਅਤ ਵੇਲੇ ਦੇ ਉੱਠ ਕੇ ਲੱਗੇ ਆ, ਮੱਝਾਂ ਚੋਰ ਆਪਣਾ ਕਰ, 100 ਕੰਮ ਹੁੰਦਾ, ਤੁਹਾਨੂੰ ਕੀ ਪਤਾ ਹੋਵੇ। ਬੜਾ ਕੰਮ ਕਰਦਾ ਤੂੰ ਇੱਥੇ ਨਾ, ਉਹਨੂੰ ਕਰ ਫੋਨ, ਦੁਬਾਰਾ ਆਇਆ ਨਹੀਂ ਉਹ। ਮੈਂ ਕਰਦਾ ਵਾਂ ਫੋਨ ਉਹਨੂੰ। ਤੇ ਪੱਠੇ ਲੈ ਆਇਆ ਮੁੰਡਾ? ਆ ਪੱਠੇ ਲੈ ਆਇਆ, ਹੁਣ ਬੱਤੀ ਗਈ ਹੋਈ, ਹੁਣ ਬੱਤੀ ਆਉਂਦੀ ਤੇ ਫਿਰ ਕੁਤਰਦੇ ਆ। ਖਾਲ ਵਾਲੇ ਨੂੰ ਫੋਨ ਕਰਨਾ ਸੀ? ਖਾਲ ਵਾਲੇ ਨੂੰ ਕੀਤਾ ਫੋਨ? ਹੋ ਡਾ ਡਾ ਘੱਟਾ ਡਾ ਮੇਰੇ ਸਿਰ 'ਚ ਪਾ ਕੇ ਇੱਥੇ, ਉੱਧਰ ਜਾ ਕੇ ਕਰ ਲਾ ਕੇ, ਇੱਥੇ ਤੂੰ ਮੇਰੇ ਸਾਹਮਣੇ ਕਰਨਾ ਹੈ? ਜੇ ਕੰਮ ਕਰੀਏ ਤਾਂ ਵੀ ਝਿੜਕਾ, ਜੇ ਨਾ ਕਰੀਏ ਤਾਂ ਵੀ ਝਿੜਕਾ। ਸ਼ਾਬਾਸ਼ ਨਹੀਂ ਨਾ ਹੈਗੀ, ਮਾੜੇ ਬੰਦੇ ਦੇ ਨਸੀਬਾਂ 'ਚ ਲਿਖੀ ਚਾਹੀਏ ਕੁਛ ਹੈ। ਸ਼ਾਬਾਸ਼ ਨਹੀਂ ਹੈਗੀ, ਸ਼ਾਬਾਸ਼ ਦਿਓ ਤੇਰੇ। ਮੈਂ ਇੱਥੇ ਪਲਾਟ ਲਵਾਉਣਾ 10 ਮਰਲੇ ਦਾ ਤੇਰੇ ਨਾਂ, ਸ਼ਾਬਾਸ਼। ਏ ਪਲਾਟ ਕਿੱਥੋਂ ਲਵਾਉਣਾ? ਤੁਸੀਂ ਅਗਲਾ ਵੀ ਖੋਵੋਗੇ ਸਾਡੇ ਕੋਲੋਂ। ਅਗਲਾ ਵੀ ਖੋਵੋਗੇ? ਆ ਗਏ ਆਈਓ, ਆਵਾਜ਼ ਆਣ ਡਈ ਹੈ, ਮੇਰੇ ਖਿਆਲ ਉਹ ਹੀ ਆਏ ਨੇ ਰਿਕਸ਼ੇ ਵਾਲੇ, ਲੱਗਦਾ ਤਾਂ ਇਹੀ ਆ। ਉਹ ਆ ਜਾਓ ਭਾਈ, ਉਹ ਹੀ ਨਹੀਂ ਲੱਗਦੇ। ਓਈ 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 ਆ ਗਿਆ। ਬਸ 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 ਬਸ, ਉੱਤੇ ਨਾ ਚੜਾ ਦੇਈਂ ਸਾਡੇ ਯਾਰ, ਬਸ ਕਰ। ਆਜੋ ਆਜੋ ਆਜੋ। ਹਾਂਜੀ ਭਾਅ ਜੀ, ਮੈਂ ਬੂਹਾ ਬੰਦ ਕਰਾਂ ਵਾਂ। ਉਹ ਰਹਿਣ ਦੇ ਬੂਹਾ ਬੰਦ, ਚੱਲ ਕਰਦੇ 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 ਜੀ ਸਰ। ਰਿਕਸ਼ੇ ਵਾਲਾ ਤਾਂ ਇੱਕ ਹੁੰਦਾ, ਤੁਸੀਂ ਦੋ ਜਣੇ ਤੁਰੇ ਫਿਰਦੇ ਆ। ਔਰ ਰਿਕਸ਼ਾ ਮੇਰਾ ਹੀ ਆ ਤੇ ਉਹ ਕੰਮ ਕਰਾ ਰਹੇ ਸੀ, ਅਸੀਂ ਵਰਕਸ਼ਾਪ ਸੀਗੇ ਤੇ ਉਹ ਵਿੱਚ ਥੋੜਾ ਤਾਂ ਓਕੇ ਹੋ ਗਿਆ। ਤੇ ਹੈਲਮਟ ਨਹੀਂ ਪਾਏ ਤੁਸੀਂ? ਹਾਂਜੀ ਹੈਲਮਟ। ਹੈਲਮਟ ਕਿਹੜੇ? ਆ ਫਰੰਟ ਐਡਾ ਵੱਡਾ ਹੈਲਮਟ ਹੀ ਆ ਜੀ। ਕਿਹੜਾ ਫਰੰਟ? ਆ ਜਿਹੜਾ ਸ਼ੀਸ਼ਾ ਲਵਾਇਆ। ਸ਼ੋ ਜਿਹੜੀ ਲੱਗੀ ਪੁਲਿਸ ਵਾਲੇ ਕਹਿ ਕਹਿ ਥੱਕ ਗਏ ਆ ਤੁਹਾਨੂੰ। ਅੱਛਾ ਜੀ, ਪੁਲਿਸ ਵਾਲੇ ਮੁਫਤ ਵੰਡਣ ਡਏ ਆ ਵਿਚਾਰੇ, ਤੁਹਾਡੀਆਂ ਜਾਨਾਂ ਵਾਸਤੇ ਹੀ ਕਰਨ ਡਏ ਨਾ ਸਭ ਕੁਝ। ਉਹ ਭਾਈ ਜਾਨ, ਉਹ ਮੋਟਰਸਾਈਕਲ ਵਾਲਿਆਂ ਨੂੰ ਦੇ ਰਹੇ ਆ, ਰਕਸ਼ੇ ਵਾਲਿਆਂ ਦੀ ਨਹੀਂ ਗੱਲ। ਉਹ ਯਾਰ ਰਕਸ਼ਾ ਹੋਵੇ ਬਾਡੀ ਆ ਪੂਰੀ, ਇਹਦੇ ਅੰਦਰ ਬਹਿ ਕੇ ਚਲਾਉਣਾ। ਚਾਚਾ ਉਮਰ ਤੇਰੀ ਇੰਨੀ ਗੁਜ਼ਰ ਗਈ, ਕਿੰਨੀ ਉਮਰ ਹੋ ਗਈ? ਮੇਰੀ ਉਮਰ ਹੋ ਗਈ ਆ 56 ਸਾਲ। ਕਿੰਨਾ ਚਿਰ ਹੋ ਗਿਆ ਰਕਸ਼ਾ ਚਲਾਉਂਦੇ? ਮੈਨੂੰ 30-32 ਸਾਲ ਹੋ ਗਏ ਨੇ ਮੇਰੇ ਕੋਲ। ਬਾਹਰ ਦੇ ਮੁਲਕਾਂ 'ਚ ਨਾ ਹਾਂਜੀ ਸਾਈਕਲਾਂ ਵਾਲੇ ਵੀ ਪਾਉਂਦੇ ਆ, ਪਰ ਇਹ 'ਚ ਤੁਹਾਡੀ ਹਿਫਾਜ਼ਤ ਆ ਨਾ। ਉਹ ਭਾਅ ਜੀ ਮੇਰੀ ਗੱਲ ਸੁਣ ਲਓ, ਬਾਹਰਲੇ ਮੁਲਕਾਂ ਨਾਲ ਤਾਂ ਤੁਸੀਂ ਇੱਦਾਂ ਰਲਾ ਦਿੰਦੇ ਹੋ ਵੀ ਜਿਵੇਂ ਅਸੀਂ ਉਹਨਾਂ ਦੇ ਜੋਗੇ ਹੋ ਜਾਵਾਂਗੇ। ਉਹਨਾਂ ਲੋਕਾਂ ਕੋਲ ਵਸਾਇਲ ਆ, ਸਾਡੇ ਮਸਾਇਲ ਆ। ਮੇਰੀ ਗੱਲ ਸੁਣੋ, ਹੈਲਮਟ ਪਾਉਣ ਲੱਗਿਆਂ, ਚਲੋ ਤੁਹਾਡਾ ਤਾਂ ਰਕਸ਼ਾ ਆ, ਹਾਂਜੀ ਮੋਟਰਸਾਈਕਲ ਵਾਲਿਆਂ ਨੂੰ ਪਾਉਣਾ ਚਾਹੀਦਾ? ਬਿਲਕੁਲ ਪਾਉਣਾ ਚਾਹੀਦਾ। ਕਿਹਦੀ ਹਿਫਾਜ਼ਤ ਆ? ਬੰਦੇ ਦੀ ਆਪਣੀ ਹਿਫਾਜ਼ਤ ਆ। ਜੇ ਪੁਲਿਸ ਵਾਲੇ ਰੋਕ ਰੋਕ ਚਲਾਨ ਕਰਨ ਡਏ ਆ, ਹਾਂਜੀ ਹਾਂਜੀ, ਜੇ ਉਹ ਤੁਹਾਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਪਾਓ ਹੈਲਮਟ ਪਾਉਣਾ ਚਾਹੀਦਾ, ਹਾਂਜੀ ਹਾਂਜੀ, ਫਾਇਦਾ ਕਿਹਦਾ? ਉਹ ਫਾਇਦਾ ਉਹਦਾ ਹੀ ਆ ਨਾ ਵੀ ਜੇ ਅਗਰ ਐਕਸੀਡੈਂਟ ਹੋ ਜਾਵੇ, ਦਿਮਾਗ ਨੂੰ ਸੱਟ ਨਾ ਲੱਗ ਜਾਏ, ਇਹ ਅੱਛੀ ਬਾਤ ਆ, ਇਹ ਸਿਹਤ ਵਾਸਤੇ। ਆਪਣੇ ਇੱਕ ਮਿੰਟ ਯਾਰ, ਕੀ ਗੱਲ ਆ ਸਾਨੂੰ ਇਹ ਦੱਸਣ ਲਈ ਬੁਲਾਇਆ ਕਿ ਹੈਲਮਟ ਪਾਇਆ ਕਰੋ? ਸਾਨੂੰ ਕਿਹੜੇ ਕੰਮ ਸੱਦਿਆ ਤੁਸੀਂ? ਕੌਣ ਹੈ ਇਹ? ਅਸੀਂ ਕਦੋਂ ਰਕਸ਼ੇ ਦੀ ਅਗਲਾ ਟਾਇਰ ਚੁੱਕ ਕੇ ਅੰਦਰ ਵਾੜਿਆ ਵਾ ਕਿ ਅਸੀਂ ਵੱਜਣ ਲੱਗੇ ਸੀ ਕਿਤੇ? ਤੁਸੀਂ ਆਪਣਾ ਕੰਮ ਦੱਸੋ ਭਾਅ ਜੀ, ਤੁਹਾਡਾ ਰਕਸ਼ਾ ਤੁਸੀਂ ਇੱਥੇ? ਕਿਹਨਾਂ ਦਾ ਮੁੰਡਾ ਹੈ? ਇਹ ਮੁੰਡਾ ਸਾਡਾ ਆਪਣਾ ਹੀ ਆ। ਖਾਨ ਸਾਹਿਬ ਆ ਤੁਸੀਂ? ਖਾਨ ਸਾਹਿਬ ਕੀ ਮਤਲਬ? ਖਾਨ ਸਾਹਿਬ ਕਦੋਂ ਉਹਦੇ ਰਕਸ਼ੇ ਦੇ ਢੋਲਕੀ ਲੱਗੀ ਵੇਖ ਲਈ ਆ? ਕੋਈ ਬੈਂਜੋ ਲੱਗੀ ਹੈ? ਅਗਲਾ ਚੱਕਾ ਚੁੱਕ ਕੇ ਅੰਦਰ ਵਾੜਿਆ। ਤੁਸੀਂ ਸਾਨੂੰ ਤਹੀਦ ਬੰਨ ਦਿੱਤੀ ਆ ਜੀ, ਹੈਲਮਟ ਲਿਆ ਕਰੋ। ਹੈਲਮਟ ਮੈਂ ਇਹ ਗੱਲ ਕੀਤੀ ਆ ਕਿ ਜਿਹੜੇ ਪੁਲਿਸ ਵਾਲੇ ਤੇ ਹਕੂਮਤਾਂ ਕਲਪਣ ਦੀਆਂ ਨਾ ਹੈਲਮਟਾਂ ਦਾ, ਉਸ ਗੱਲ ਨੂੰ ਸਮਝ ਜਾਓ। ਤੇ ਜਿਹੜੇ ਗਰੀਬ ਲੋਕ ਕਲਪਣ ਡਏ ਆ ਕਿ ਹਰ ਸ਼ੈ ਸਸਤੀ ਕਰੋ, ਨਹੀਂ ਉਹਨਾਂ ਨੂੰ ਤੂੰ ਜਾ ਕੇ ਦੱਸ ਸਕਦਾ? ਇਹ ਵੀ ਗੱਲ ਠੀਕ ਹੈ, ਆਹ ਗੱਲ ਨਹੀਂ ਸਮਝ ਆਉਂਦੀ, ਇਹ ਵੀ ਗੱਲ ਠੀਕ ਹੈ। ਐਡੇ ਐਡੇ ਬਿੱਲ ਆ ਜਾਂਦੇ ਖੋਤੇ ਦੇ ਕੰਨ 'ਚ, ਐਡੇ ਉਹ ਕਿਹਨੇ ਤਾਰਨੇ ਆ? ਨਾ ਝੂਠ ਬੋਲੀ ਜਾ, ਹੁਣ ਇਹਨੇ ਹੋ ਗਿਆ। ਜਿੱਧਰ ਨੂੰ ਡਿੱਗਿਆ ਸੱਜੀ ਅੱਖ ਉਹਨੂੰ ਚਲੀ ਗਈ, ਤੇ ਜਿਹੜੀ ਖੱਬੀ ਸੀ ਉੱਥੇ ਦੀ ਉੱਥੇ ਹੀ ਜਿੱਥੇ ਸੀ। ਨਦੀਮ ਦੀ ਫਿਲਮ ਵੇਖ ਕੇ ਆ ਕੇ ਕਹਿੰਦਾ ਵੇਖੀ ਮੇਰੀਆਂ ਅੱਖਾਂ ਨਦੀਮ ਨਾਲ ਨਹੀਂ ਮਿਲਦੀਆਂ, ਕਹਿੰਦਾ ਆਪਸ 'ਚ ਨਹੀਂ ਮਿਲਣ ਡੀਆਂ, ਨਦੀਮ ਨਾਲ ਕਿੱਥੇ ਮਿਲਣੀ। ਸਫ਼ਰ ਕਿੰਨਾ ਹੈਗਾ, ਜੋ ਮਰਜ਼ੀ ਦੇ ਦੇਣਾ ਤੇ ਰੋਜ਼ ਜਾਇਆ ਕਰਨਾ। ਮਰੀਜ਼ ਸਿਰਫ ਛੱਡ ਕੇ ਆ ਜਾਇਆ ਕਰਨਾ ਕਿ ਲਿਆਇਆ ਵੀ ਕਰਨਾ? ਨਹੀਂ,
वापस भी घंटे के बाद वापस ले आया करना हिसाब किताब रखना है ऐसा के जेड़ा रोज दे गाहक आ तुहाडे देखो मेरी 3 महीने जाना है देखो मेरी गल 280-285 रुपए दे हैगा पेट्रोल भाजी तो 12 किलोमीटर तकरीबन सफर बन जाना ते 600 रुपया बनता ਤੁਸੀਂ ਚਲੋ 50 ਕੱਟ ਦੇ ਦੋ ਇੱਕ 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 ਪਾਸੇ ਦਾ ਇੱਕ ਪਾਸੇ ਦਾ 600 ਤੁਸੀਂ ਭਾਜੀ ਸਾਨੂੰ ਰੁਪਈਆ 1000 ਦੇਣਾ ਵਾ ਆਣ ਜਾਣ ਦਾ ਚਲੋ ਆ ਠੀਕ ਪੱਕੀ ਹੈ 3 ਮਹੀਨੇ ਸਵਾਰੀ ਹੈ ਚਲੋ ਤੁਹਾਡੇ ਵਾਸਤੇ ਇਹ ਕਰ ਸਕਦੇ ਅਸੀਂ ਰਕਸ਼ਾ ਮੁੱਲ ਲੈਣਾ ਮੁੱਲ ਲੈਣਾ ਕੀ ਮਤਲਬ 1000 ਰੁਪਈਆ ਇੰਨਾ ਰੇਟ ਤੁਸੀਂ ਦੱਸਣ ਦਾ ਕੰਪਨੀ ਬਾਗ ਤੂੰ ਵੇਖਿਆ ਵੇਖਿਆ ਵਾ ਆ ਕੰਪਨੀ ਬਾਗ ਆ ਕੋ ਹੱਥ ਨਾ ਲਾ ਦੇਈ ਉਹਨੂੰ ਇੱਥੋਂ ਕੰਪਨੀ ਬਾਗ ਬੜੀ ਦੂਰ ਆ ਉਹ ਬਾਬਾ ਜਾਣਦੇ ਗੁਸਰੇ ਜਾਇਜ਼ ਮناسب ਬੰਦੇ ਨਾ ਤੇਰੇ ਉਹ ਤੂੰ ਪੈਸੇ ਲੈ ਸਮਝ ਲੱਗੀ ਨਾ ਮੇਰੀ ਗੱਲ ਸੁਣ ਲੁੱਟ ਪਾਈ ਲੋਕਾਂ ਨੇ ਉਹ ਕਿਹੜੀ ਲੁੱਟ ਪਾਈ ਆ ਪੈਟਰੋਲ ਪਤਾ ਕਿੰਨਾ ਮਹਿੰਗਾ ਪੈਟਰੋਲ ਪਤਾ ਕਿੰਨਾ ਮਹਿੰਗਾ ਪੈਟਰੋਲ ਵੀ ਅਸੀਂ ਲੈ ਕੇ ਦੇਣਾ ਤੈਨੂੰ ਪੈਸੇ ਨਹੀਂ ਲੈਣੇ ਤੂੰ ਤੇ ਤੁਹਾਡੇ ਕੋ ਪੈਸੇ ਲੈ ਕੇ ਪੈਟਰੋਲ ਪਵਾਉਣਾ ਕਿ ਉੱਥੇ ਪਾਨਾ ਵਾਲੀ ਦੁਕਾਨ ਤੋਂ ਇਹ ਗੱਲ ਨਾ ਵਾਵਾ ਲੱਭੀ ਹੋਈ ਵੇਖ ਪੈਟਰੋਲ ਵੇਖਿਆ ਕਿੰਨਾ ਮਹਿੰਗਾ ਤੇ ਮਹਿੰਗਾ ਹੈ ਨਹੀਂ ਕਿੰਨਾ ਮਹਿੰਗਾ ਚਲੋ ਐਦਾਂ ਕਰੋ ਤੁਸੀਂ ਉਹ ਜਾ ਕਿਸੇ ਮੱਝ ਮੁੱਝ ਦੇ ਥੱਲੇ ਜਾ ਆ ਚੱਲ ਕੰਮ ਕਰ ਜਾ ਕੇ ਆਪਣਾ ਨਹੀਂ ਮੇਰੇ ਨਾਲ ਜਿਹੜੇ ਇੱਥੇ ਬੰਦੇ ਮੈਨੂੰ ਮਿਲਣ ਗੇ ਲੈਣਾਉਂਦੇ ਆ ਨਾ ਇਹ ਆਪਣਾ ਖਾਸ ਬੰਦਾ ਹੈ ਉਹਨਾਂ ਨਾਲ ਮੁੱਕ ਮਕਈ ਆ ਸਾਰਾ ਦੁਰਮਟੀ ਕਰਦਾ ਇਹ ਤੁਸੀਂ ਵਿੱਚ ਕੋਈ ਲੀਗਲ ਐਡਵਾਈਜ਼ਰ ਰੱਖਿਆ ਇਹ ਯਾਨੀ ਗੱਲਬਾਤ ਕਰਨ ਲਈ ਵਕੀਲ ਕੀਤਾ ਤੁਸੀਂ ਉਹਦਾ ਵੇਖੋ ਉਹਦੀ ਹੁਲੀਆ ਤੇ ਵੇਖੋ ਗੱਲ ਤੁਸੀਂ ਕਰੋ ਜਿਹਨੇ ਪੈਸੇ ਦੇਣੇ ਇੱਕ ਮਿੰਟ ਇਹ ਕੌਣ ਮੁੰਡਾ ਉਹ ਮੁੰਡਾ ਆਪਣਾ ਪਤੀ ਕੀ ਨਾਮ ਇਹਦਾ ਇਹਦਾ ਨਾਮ ਮੱਖੀ ਨਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਲਾਲ ਮੇਰੀ ਮਾਂ ਨੇ ਮੇਰਾ ਨਾਮ ਰੱਖਿਆ ਸੀ ਲਾਲ ਅੱਛਾ ਜੀ ਤੇ 10 ਜਮਾਤਾਂ ਯਾਨੀ 10 ਜਮਾਤਾਂ ਮੈਂ ਪਾਸ ਆ ਤੇ ਮੈਨੂੰ ਲਾਲ 10 ਵੀ ਕਹਿੰਦੇ ਆ ਮਤਲਬ ਕੋਈ ਚੱਜ ਦਾ ਬੰਦਾ ਨਹੀਂ ਹੈਗਾ ਦੁਰਮਟ ਲਾਲਟੈਨ ਤੇ ਮੱਖੀ ਕੋਈ ਮਤਲਬ ਕੋਈ ਨਾਂ ਚੱਜ ਦਾ ਓਏ ਨਿਕ ਨੇਮ ਆ ਇਹਦਾ ਮੱਖੀ ਨਿਕ ਨੇਮ ਛੋਟਾ ਨਹੀਂ ਹੁੰਦਾ ਜਿੱਦਾਂ ਪੱਪੂ ਨੰਨਾ ਤੋਤੀ ਹਾਂ ਇਸੇ ਤਰ੍ਹਾਂ ਇਹਦਾ ਨਾਂ ਰੱਖੇ ਮੱਖੀ ਬਸ ਹੋਰ ਇੱਥੇ ਕਿਹੜੀ ਗੱਲ ਚਲੋ ਤੇ ਕਿੰਨੇ ਚ ਮੁੱਕਦੀ ਹੁਣ ਆਪਣੀ ਗੱਲ 1000 ਰੁਪਿਆ ਮناسب ਆ ਹਾਂ ਵੀ ਰੋਜ਼ ਦੇ ਗਾਹਕ ਅਸੀਂ ਤਾਂ ਰੋਜ਼ ਮਰੀਜ਼ ਲੈ ਕੇ ਜਾਣਾ ਵਾ ਯਾਰ ਅਸੀਂ ਸਵੇਰੇ ਇੱਕ ਘੰਟਾ ਖੁਦਾ ਤੁਸੀਂ ਵੀ ਖੁਦਾ ਖੁਦਾ ਤਰਸੀ ਕਰੋ ਕੁਛ ਮਰੀਜ਼ ਜਾਣਾ ਵਾ ਤੇ ਓ ਯਾਰ ਇਹਦੇ ਨਾਲ ਵਾਦਾ ਘਾਟਾ ਨਾ ਕਰੋ ਇਹ ਤਾਂ ਪਹਿਲੇ ਹੀ ਇੱਥੇ ਮੇਰੇ ਕੋ ਮਫਰੂਰੀ ਕੱਟਣ ਡਿਆ ਵਿਚਾਰਾ ਹਾਂਜੀ ਅੱਲਾ ਦੀ ਮਿਹਰਬਾਨੀ ਨਾਲ ਭਾਜੀ ਦੱਸੋ ਤੇ ਸਹੀ ਤੁਸੀਂ ਤੇ ਫਿਰ ਕਾਹਦੇ ਵਾਸਤੇ ਐਵੇਂ ਸਾਨੂੰ ਮਫਰੂਰੀ ਕੱਟ ਰਿਹਾ ਤੇ ਓਏ ਆਹੋ ਉਹ ਬੰਦਾ ਬੰਦਾ ਮਾਰੇ ਡੇਰੇ ਆ ਤੇ ਜਿਹੜੇ ਇਹਨਾਂ ਨੇ ਮਸੱਲੀ ਮਸੂਲੀ ਰੱਖੇ ਹੁੰਦੇ ਨਾ ਇਹ ਤਗੜੇ ਹੁੰਦੇ ਅੱਛਾ ਚਲੋ ਨਹੀਂ ਤੇ ਇਹਨੇ ਮਤਲਬ ਕੀ ਇਹਦੇ ਕੋਲ ਵਕੂਆ ਕੀ ਹੋਇਆ ਵਕੂਆ ਓਹੋ ਹੋ ਹੋ ਰਾਤ ਦਾ ਟਾਈਮ ਸੀਗਾ ਜੀ ਹੋਏ ਹੋਏ ਤੇ ਜਨਾਬ ਧੁੰਦ ਪਵੇ ਸਰਦੀਆਂ ਹਾਂਜੀ ਅੱਛਾ ਇਹ ਜਨਾਬ ਵੜਿਆ ਗਲੀ ਦੇ ਵਿੱਚ ਅੱਛਾ ਬਸ ਜਦੋਂ ਫਿਰ ਬੰਦੇ ਦੇ ਹੱਥੋਂ ਕੁਝ ਹੋਣਾ ਹੋਵੇ ਅੱਲਾ ਮਾਫ ਕਰੇ ਯਾਰ ਅੱਲਾ ਸੋਹਣਾ ਮਾਫ ਅੱਲਾ ਪਾਕ ਵੈਰੀ ਦੁਸ਼ਮਣ ਤੇ ਵੀ ਇਦਾਂ ਦਾ ਟਾਈਮ ਨਾ ਲਿਆਵੇ ਚਲੋ ਜੀ ਇਹ ਹੁਣ ਰੱਬ ਬਸ ਇਹਨੇ ਸਾਫਾ ਇੰਜ ਕਰਕੇ ਵੜਿਆ ਮੂੰਹ ਤੇ ਅੱਛਾ ਜੀ ਤੇ ਵੜ ਗਿਆ ਅੰਦਰ ਬਸ ਫਿਰ ਇਹ ਹੁੰਦਾ ਨਾ ਕਿ ਜਦੋਂ ਸ਼੍ਰੀ ਕੱਢਿਆ ਇਹਨੇ 1000 ਉਥੋਂ ਅੱਛਾ ਜੀ ਇਹ ਡੱਬ ਚ ਅੱਛਾ 1000 ਇਹਨੇ ਕੱਢਿਆ ਇੰਜ ਸਕਰੂ ਜਿਹੜਾ ਪਾਨਾ ਹੁੰਦਾ ਰੈਂਚ ਉਹਦੇ ਨਾਲ ਪੰਪ ਖੋਲਿਆ ਮੋਢੇ ਤੇ ਰੱਖਿਆ ਤਾਂ ਭੱਜ ਗਿਆ ਅਗਲਿਆਂ ਨੇ ਕਰਾਤਾ ਇੱਥੇ ਪਰਚਾ ਅੱਛਾ ਫਿਰ ਪੇਸ਼ਪੂਸ਼ ਨਹੀਂ ਹੋਇਆ ਬਦਮਾਸ਼ ਆਦਮੀ ਹੈ ਨਾ ਅੱਛਾ ਨਹੀਂ ਨਹੀਂ ਪੇਸ਼ ਨਹੀਂ ਹੋਇਆ ਹਾਂਜੀ ਇਹ ਜਿਹੜੀ ਤੁਸੀਂ ਕਹਿਣ ਦੇ ਕਿ ਮਫਰੂਰੀ ਇਸ਼ਤਿਹਾਰੀ ਹੈ ਹਾਂ ਹਾਂ ਇਹ ਕਿਹੜੀ ਗੱਲੋਂ ਇਸ਼ਤਿਹਾਰੀ ਹੈ ਓਏ ਇਸ਼ਤਿਹਾਰੀ ਇਸੇ ਗੱਲੋਂ ਹੀ ਹੈ ਨਾ ਕਿ ਪੰਪ ਇਹਨੇ ਖੋਲਿਆ ਅੱਛਾ ਅਗਲਿਆਂ ਨੂੰ ਪਤਾ ਵੀ ਲੱਗ ਗਿਆ ਲੇਕਿਨ ਅਗਲੇ ਨੇ ਪਰਚੇ ਪੁਰਚੇ ਕਰਾਏ ਆ ਤੇ ਭਾਈ ਕਿਤੇ ਫੜਿਆ ਗਿਆ ਉਹ ਗੱਲ ਸੁਣੋ ਭਰਾਵਾ ਤੂੰ ਐਡੀ ਵਾਹ ਚੜਾ ਕੇ ਗੱਲ ਨਾ ਕਰ ਸਮਝ ਲੱਗੀ ਆ ਕਿ ਨਹੀਂ ਜਿਨ੍ਹਾਂ ਨੇ ਪੰਪ ਖੋਲਿਆ ਹੋਵੇ ਨਾ ਉਹਨਾਂ ਨੂੰ ਇੱਥੇ ਵੀ ਲਿੱਤਰ ਆ ਤੇ ਜੇਲੇ ਵੀ ਲਿੱਤਰ ਆ ਤੇ ਹੋਰ ਕੀ ਬੰਦਾ ਬੰਦਾ ਮੈਂ ਆ ਗਿਆ ਪਤਾ ਨਹੀਂ ਇਹਨੇ ਕੋਈ ਬੰਦਾ ਮਾਰੇ ਨੇ ਪੰਪ ਖੋਲਿਆ ਤੇ ਫਿਰ ਇਹਦੀ ਔਕਾਤ ਕੀ ਹੈ ਹਾਂ ਇਹ ਤਾਂ ਚੋਰ ਆ ਉਹ ਇਸ਼ਤਿਹਾਰੀ ਕੀ ਡਰਾਮੇ ਦੇ ਇਸ਼ਤਿਹਾਰ ਲਾਉਂਦਾ ਕਿਤੇ ਇਸ਼ਤਿਹਾਰੀ ਹੈ ਇਸ਼ਤਿਹਾਰੀ ਕਿਹੜਾ ਇਸ਼ਤਿਹਾਰੀ ਉਹ ਬੰਦਾ ਹੁੰਦਾ ਜਿਨੇ ਬੰਦਾ ਮਾਰਿਆ ਹੋਵੇ ਡਕੈਤੀਆਂ ਕੀਤੀ ਹੋਵੇ ਮਾਰਦਾਤ ਵੱਡੀ ਕਿਤੇ ਪਲਾਦਾ ਲੁੱਟਿਆ ਹੋਵੇ ਉਹ ਹੁੰਦੇ ਮਫਰੂਰ ਇਹ ਤੇ ਪੰਪ ਖੋਲਿਆ ਨੇ ਤੇ ਨਸ਼ਈਆਂ ਦਾ ਤੇ ਹਲਕੇ ਚੋਰਾਂ ਦੇ ਕੰਮ ਇਹ ਪੰਪ ਖੋਲਣਾ ਐਵੇਂ ਆ ਪੰਪ ਕਿਹੜਾ ਤੂੰ ਪੀਐਸਓ ਦਾ ਖੋਲਿਆ ਖੋਲਿਆ ਕੀ ਗੱਲ ਆ ਕੀ ਤੇਰੇ ਕੋਈ ਇੱਥੇ 3600 ਲੱਗ ਗਿਆ ਮਾਮਾ ਇੱਕ ਪਾਨੇ ਦੇ ਨਾਲ ਚਾਰੇ ਨੱਟ ਖੁੱਲ ਜਾਂਦੇ ਆ ਓਏ ਇਹ ਵੀ ਗੱਲ ਠੀਕ ਹੈ ਨਾ ਦੇਖ ਲਓ ਕਿ ਪੁਲਸਾਂ ਮਗਰ ਮਗਰ ਨੇ ਇਹਦੇ ਇਹਨੇ ਕੀ ਗੱਲ ਆ ਇਹ ਮਲੰਗੀ ਆ ਪੰਪ ਖੋਲਿਆ ਬਾਬਾ ਪੰਪ ਤੇਰਾ ਪੰਪ ਖੁੱਲਾ ਹੋਵੇ ਤੂੰ ਨਾਲ ਦੇ ਕਰੋ 30-40 ਪਾਣੀ ਦੀਆਂ ਬਾਲਟੀਆਂ ਲਿਆਵੇਂ ਤੈਨੂੰ ਇੱਥੇ ਪੈ ਜੇ ਚੁੱਕ ਹਾਂਜੀ ਤੈਨੂੰ ਪਤਾ ਲੱਗ ਜਾਏ ਤੂੰ ਭਰਾਵਾ ਗੱਲ ਤੇ ਇੰਜ ਵੱਧ ਝੜ ਕੇ ਸੁਣਾਉਣ ਦੇ ਨੇ ਪੰਪ ਖੋਲਿਆ ਪੁਲਸਾਂ ਦੇ ਮਗਰ ਆ ਕੀ ਅਸੈਂਬਲੀ ਹਾਲ ਦਾ ਪੰਪ ਖੋਲਿਆ ਨੇ ਉਹ ਪੰਪ ਖੋਲ ਪੰਪ ਕਿਹੜਾ ਇਹਨੇ ਪੀਐਸਓ ਦਾ ਖੋਲਿਆ ਜਾਂ ਕਾਲ ਟੈਕਸ ਦਾ ਖੋਲਿਆ ਕਿਹੜਾ ਪੰਪ ਖੋਲਿਆ ਨਹੀਂ ਉਹ ਲਾਲ ਪੰਪ ਨਹੀਂ ਲੱਗੇ ਹੁੰਦੇ ਫੈਸਲ ਪੰਪ ਪਾਣੀ ਵਾਲੇ ਉਹ ਪਾਣੀ ਕੱਢਣ ਵਾਲਾ ਪੰਪ ਉਹੀ ਇੱਥੇ ਮੱਝਾਂ ਮੁੱਝਾਂ ਨੂੰ ਆਉਣ ਲਈ ਇਸ ਜ਼ਰਾ ਸੋਚ ਸਮਝ ਕੇ ਇਹਦੇ ਨਾਲ ਗੱਲ ਕਰਨਾ ਇਹ ਉਹ ਭਾਜੀ ਤੁਸੀਂ ਸੋਚ ਸਮਝ ਕੇ ਕਹਿਣ ਨਾ ਮੇਰਾ ਦਿਲ ਕਰਨ ਦੇ ਤੇ ਥੱਪੜ ਮਾਰ ਕੇ ਗੱਲ ਕਰਾਂ ਜਿੱਡਾ ਤੂੰ ਇਹਦਾ ਤਾਰਫ ਕਰਾਇਆ ਮੈਂ ਤੇ ਐਵੇਂ ਹੀ ਅੱਗੇ ਕਹਿਣ ਦੇ ਆ ਕਿ ਭਾਜੀ ਉਹਨੂੰ ਮੈਂ ਭਾਜੀ ਕਹਿਤਾ
चलो छो तू ऐसा किन्ने पैसे मुके जी कोई प्यार मोहब्बत प्यार मोहब्बत कोई नहीं होना ਅਸੀਂ ਇੱਕ ਸਾਈਡ ਦਾ ਰੁਪਈਆ 6-700 ਲਈਦਾ ਵਾ ਇਹ 1300 ਰੁਪਈਆ 1400 ਰੁਪਈਆ ਬਣਦਾ ਤੁਹਾਨੂੰ 1000 ਰੁਪਈਆ ਕਹਿਤਾ ਜਾ ਤੂੰ ਇਦਾਂ ਕਰ ਮਰੀਜ਼ ਲੈ ਕੇ ਆ ਅੱਛਾ ਓਏ ਚੱਲ ਜਾ ਅਏ ਛੂ ਮਰੀਜ਼ ਲੈ ਆ ਲੱਤ ਟੁੱਟ ਗਈ ਅੱਲਾ ਰਹਿਮ ਕਰੇ ਜੀ ਆ ਪੱਟੀਆਂ ਪੁੱਟੀਆਂ ਕਰਾਉਂਦੇ ਆ ਕੋਈ ਨਹੀਂ ਅੱਲਾ ਖੈਰ ਕਰੇ ਤੇ ਇਹਦੇ ਨਾਲ ਤੇ ਨਹੀਂ ਸੀ ਕਿਤੇ ਪੰਪ ਪੰਪ ਲਾਉਣਗੇ ਆ ਲੱਤ ਟੁੱਟ ਗਈ ਨਹੀਂ 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 ਅੱਛਾ ਜੀ ਬਸ ਲੈ ਯਾਰ ਲੈ ਆ ਮੇਰਾ ਭਰਾ ਲੈ ਆ ਦੇਖੋ ਪੱਟੀ ਕਰਾਈ ਆ ਬਾ ਠੀਕ ਹੈ ਪੱਟੀ ਕਰਾਈ ਹਲੋ लत टूटी है ठीक सही सलामत तुरै फिर लंघ नहीं मारन दिया नहीं सोच रहे ना तुसी आओ गेन च आ रहा भी है तो बिल्कुल सही हैगा पट्टी पला क्यों नहीं लंग मारन दिया की मसला क्यों नहीं मार रहा नहीं तुसी दसो ना भी एनु मतलब एदी लत टूटी नहीं टूटी है ते आ पट्टी कीती हां जी हां जी ते ए सही हो गया होना नहीं लंग क्यों नहीं मारदा ए लंग मतलब नहीं मारदा खोता जो होया हां जी हां जी ते एनु तुसी कंपनी बाग ले जाया करना अच्छा जी कल असि गए सी डॉक्टर को हां डॉक्टर ने कहा कि हड्डी तो ठीक जुड़ गई है अच्छा जी लेकिन हुण ए आ के एनु 1 घंटा वॉक करवाया करनी अच्छा एक घंटा ठीक है वॉक करानी है तुसी बस इथो ले जाया करना रक्षे च अच्छा उथे आके कंपनी बाग दे ना 5-6 चक्कर लवाया करने अच्छा उथो इनू जूस जूस पियाया अच्छा है? नहीं तुसी मेनू ए दसो इनू जूस पियाउणा ए रक्षे वाले दा बहनोई है की बकवास की कर रहे हैं तेनू पता लग रहा क्या इनू असी कंपनी बाग ले जाइए असी इनू एक घंटा वॉक कराइए उथे जेडे लोग पहले फिरदे आ इधर ले आओ इधर बेटे इधर ले आओ इधर ले आओ छोटरे इधर ले आओ साले दे सिर ते ले आओ अच्छा जी केड़े साले दे सिर हां ओ यार मेनू तू दस इनू इथे किते एदी वॉक बूक करा तू कहना ओदी लत टुटी आ ओ चंगा भला भज्जिया नठिया फिरन डे आ पहली गल ते आ तू साडे नाल झूठ मारिया असी किया के कोई पता नहीं कोई बंदा वा या कोई औरत आ किन्नू लेके जाया बंदा वा भी तुहाडा तू साडे मथे खोता लवा पहले तू आ खोता लवाता मुड़ के तू दूआ खोता लवाता या के दा ध्यान अपने बच्चियां तरह रखना है तुसी की मतलब जनाब समझना के साडा बच्चा ही है राणा साहब मेरी 1 मिनट गल सुन लो डंगरां च रह के तुहाडी भी अकल मेरा खल फारग हो गई है मतलब आ वेखो ना भी आ तुसी एक चोर मफरूर है भी डंगर जिहा कोल भाया ओ तो खोते नू पट्टी कीती है इनू डॉक्टर ने कहा वॉक करानी है ये दिमाग दा डॉक्टर है ਇਹ ਖੋਤਾ ਵਾ ਇਹਨੂੰ ਘੰਟਾ ਵਾਕ ਕਰਾਉਣੀ ਹੈ ਨਾ ਗਲੀਆਂ 'ਚ ਫਿਰ ਫੁਰ ਲੈਣ ਦਿਆ ਕਰੋ ਨਹੀਂ 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 ਇਹਤਿਆਤ ਨਾਲ ਵਾਕ ਕਰਵਾਉਣੀ ਹੈ ਹੈਂ ਹਾਂਜੀ ਇਹਤਿਆਤ ਨਾਲ ਕੀ ਇਹਦੇ ਅੱਗੇ ਟਾਈ ਲਾ ਕੇ ਅਸੀਂ ਟੁਰੇ ਜਾਣਾ ਇਹਤਿਆਤ ਇਹਦੇ ਅੱਗੇ ਫੌਜੀ ਬੈਂਡ ਵਜਾਉਣਾ ਅਸੀਂ ਕਿਹੜਾ ਇਹਦੇ ਨਾਲ ਅਸੀਂ ਐਡੀਆਂ ਇਹਤਿਆਤਾਂ ਕਿਉਂ ਦੱਸਣ ਦੇ ਬਾਬਾ ਜੀ ਇਹਤਿਆਤ ਗਿਆ ਇਸਤਕਬਾਲ ਨਹੀਂ ਗਿਆ ਓ ਯਾਰ ਤੁਸੀਂ ਸਾਨੂੰ ਖੋਤਾ ਦੇਣ ਲੱਗੇ ਆ ਜਾਂ ਡੈਂਗੀ ਦੇਣ ਲੱਗੇ ਇੰਨੀਆਂ ਇਹਤਿਆਤਾਂ ਦੱਸਣ ਨਾ ਆ ਕਮਾਲ ਹੋ ਗਈ ਯਾਰ ਤੁਹਾਡੇ ਵਾਲੀ ਗੱਲ ਇਹ ਆ ਰਕਸ਼ੇ 'ਚ ਕੌਣ ਖੋਤਾ ਪਾਉਂਦਾ ਅਸੀਂ ਪਾਵਾਂਗੇ ਉਹ ਮੇਰੀ ਗੱਲ ਸੁਣੋ ਭਾਈ ਆਟੋ ਰਕਸ਼ੇ ਦੇ ਵਿੱਚ ਸਵਾਰੀਆਂ ਬਹਿੰਦੀਆਂ ਨੇ ਇਹ ਸਵਾਰੀ ਨਹੀਂ ਹੈਗੀ ਇਹ ਸਵਾਰੀ ਨਹੀਂ ਇਹ ਡੰਗਰ ਆ ਇਹਨੂੰ ਮੈਂ ਪਿੱਛੇ ਭਾ ਕੇ ਰਕਸ਼ਾ ਚਲਾਉਂਦਾ ਹਾਂ ਇਹ ਜਿਹੜੀ ਹੱਥ ਨਾਲ ਮੈਂ ਰੇਸ ਦਿੰਦਾ ਮੋਢਾ ਹੀ ਖਾ ਜਾਵੇ ਇਹਨੇ ਕੋਈ ਦੱਸ ਕੇ ਦੰਦੀ ਵੱਢਣੀ ਹੈ ਇਹਦਾ ਕੋਈ ਪਤਾ ਲੱਗਣਾ ਕਿਹੜੇ ਵੇਲੇ ਦਲਤੀ ਮਾਰ ਦੇਵੇ ਯਾਰ ਓਏ ਸਮਝਾ ਦਿਆਂ ਦਲਤੀਆਂ ਦੀਆਂ ਅਸੀਂ ਬੰਦ ਕਰ ਦਿੰਨੇ ਕਿਹੜੀਆਂ ਦਲਤੀਆਂ ਇਹਦੀਆਂ ਕੋਈ ਸੋਚ ਲੱਗਾ ਇਹਨੂੰ ਵੀ ਜਿਹੜਾ ਇਹਦੀਆਂ ਦਲਤੀਆਂ ਬੰਦ ਕਰਤੀਆਂ ਤੁਸੀਂ ਨਹੀਂ ਇਹ ਤੁਹਾਨੂੰ ਚੱਕ ਵੀ ਨਹੀਂ ਮਾਰੇਗਾ ਚੱਕ ਕਿਉਂ ਨਹੀਂ ਮਾਰੇਗਾ ਇਹ ਚੱਕ 4 ਤੋਂ ਅੱਗੇ ਰਹਿੰਦਾ ਹਾਂਜੀ ਹਾਂਜੀ ਤੈਨੂੰ ਪਤਾ ਹੈ ਇਸ ਗੱਲ ਦਾ ਇਹਨੂੰ ਜਿੰਨੇ ਵੀ ਕਿਤੇ ਚੱਕ ਕੇ ਲੈ ਜਾਣਾ ਤੇ ਲੈ ਜਾਓ ਇਹਨੂੰ ਕਿਤੇ ਆਟੋ ਰਕਸ਼ੇ ਦੇ ਵਿੱਚ ਨਹੀਂ ਇਹਦੀਆਂ ਸਵਾਰੀਆਂ ਭਾਈ ਦੀਆਂ ਚਾਲੋ ਕਾਕਾ ਚੱਲੋ ਉਹ ਨਹੀਂ ਭਾਈ ਤੁਹਾਡੀ ਸਾਡੀ ਗੱਲ ਮੁੱਕੀ ਹੈ ਕਿਹੜੀ ਗੱਲ ਮੁੱਕ ਗਈ ਤੇਰੇ ਨਾਲ ਇੱਥੋਂ ਰਕਸ਼ਾ ਵੀ ਨਹੀਂ ਜਾਣਾ ਹੁਣ ਬਾਹਰ ਕੀ ਮਤਲਬ ਤੇ ਤੁਸੀਂ ਦੋਨਾਂ ਨੇ ਵੀ ਨਹੀਂ ਜਾਣਾ ਕਿਉਂਕਿ ਮੇਰੀ ਗੱਲ ਸੁਣ ਲੈ ਇੱਕ ਮਿੰਟ ਵੀ ਗੱਲ ਮੁੱਕੀ ਹੈ ਇਹ ਗੱਲ ਨਹੀਂ ਮੁੱਕੀ ਇਸ ਤੋਂ ਅੱਗੇ ਇੱਕ ਸੁਣ ਮੁੱਕੀ ਆ ਤੇ ਸ਼ੁਰੂ ਕਰਦੇ ਆਂ ਬਿਸਮਿਲ੍ਲਾ ਕਰਦੇ ਆਂ ਭਾਈ ਮੇਰੀ ਗੱਲ ਸੁਣੋ ਓ ਹੈਲੋ ਤੁਹਾਡੇ ਨਾਲ ਕਿਹੜਾ 1000 ਰੁਪਈਆ ਯਾਰ ਇਹਨੂੰ ਦੇਣਾ ਹੈਗਾ ਨੇ ਰੋਜ਼ ਰੋਜ਼ ਦਾ ਇਹਨੇ ਗਾਹਕ ਸਾਡੇ ਨਾਲ ਇਹਨੇ ਰਕਸ਼ੇ ਤੇ ਜਾਣਾ ਹੀ ਜਾਣਾ ਹੈ ਭਾਵੇਂ ਰਕਸ਼ੇ ਤੇ ਨਹੀਂ ਨਾ ਜਾਂਦਾ ਪਾਉਣ ਪਿੱਛੇ ਬਣ ਕੇ ਜਾਣਾ ਹੈ ਕੀ ਮਤਲਬ ਇਹਨੂੰ ਇਹਨੂੰ ਤੁਸੀਂ ਲੈ ਕੇ ਜਾਣਾ ਤੇ ਤੁਹਾਡੇ ਤੇ ਇਹ ਫਰਜ਼ ਹੋ ਗਿਆ ਉਹਦੀਆਂ ਨਹੀਂ ਜਾਸੀ ਨਹੀਂ ਜਾਣਾ ਅਸੀਂ ਇਹਨੂੰ ਜਾ ਕੇ ਉੱਥੇ ਕੰਪਨੀ ਬਾਗ ਛੱਡੀਏ ਇਹ ਲੋਕਾਂ ਨੂੰ ਦਲਤੀਆਂ ਮਾਰਦਾ ਫਿਰ ਉੱਥੇ ਸਾਡਾ ਅਗਲੇ ਮਾਰ ਮਾਰ ਲਿੱਤਰ ਕਜੂਮਰ ਕੱਢ ਦੇਣ ਉਹ ਪਹਿਲਾਂ ਤੇ ਇਹਦੀ ਐਂਟਰੀ ਬੰਦ ਆ ਕਿ ਉੱਥੇ ਬੰਦੇ ਫਿਰਦੇ ਆ ਕਿ ਖੋਤੇ ਫਿਰਦੇ ਆ
पहले तो अपना दोवे का इलाज कराओ इलाज कराने अपना आप दिखाओ सिर्फ सानू रक्षी वाला ही समझे असी रक्षा इस तो चलाने आप इश्तेहारी है अल्लाह ने सानू कि हिदायत दी है रक्षा चला फिर मंगई ना तो सामना की मैं सामांगा की सामेगा तू खोता सामनी हूं मैं सामांगा इना माल डंगर सामने पे तू भी दो डंगर साम लांगे जिदा का खोता जाए ओदा का वापस आए बह जाओ गुस्सा ना करया करो कि पेंट करा के दिता सानू तू रंग कराया इनू ओदा का ही तेन सगवा मोड़ के जाइए असि तेरे बच्चे है नी है तेरा बच्चा नहीं कौन ओ मैं ओदा बहनोई कह बैठा तू ओदा बच्चा बनाता बकवास ना कर तू भी अपने अल्फाज वापस ले आ खोता मेरा पुत्र मैं खोते दा प्यो ऑटो रक्षा नहीं तुसी कोई लोडर लूडर ले आओ यार लोडर रक्षा भी की वाक बनती है वो नहीं साडे लो रक्षा लोडर च लद के ले जाण यह मुंडिया खुंडिया के करने वाला काम नहीं है अच्छा। सियाने ब्याने बंदे अच्छा। जरा एहतियात ना चलो ओ तो भी वॉक हो जाएगी अच्छा ते भी हो जाएगी फड़ना किन्ने वॉक कर दे इन्हों ने है तू जवान जहान बंदा है खोते का बंदे का की जोड़ आ फेरिया आप भी फुल देखे ओ भी फुल देखेगा सोहने सोहने भाजी फुल वेखने नहीं गए क्यों इन्हें खा जाने नाले तू कहना इनू एक घंटा वाक करा के जूस पिलाना इनू मैं जूस वाली दुकान ते लियावां इनू कच्चो जूस इनू टप च जूस देणगे हजार रुपया ही तेरे को लैणा 9600 दिल करे उहदा जूसां दा साडे हल बण जावे ओ टप च तैनू पता किन्ने गलास पैंदे आ जूस पाई जान मुड़के तू कहेगा मूह पूंजन टिशू लैके आओ अपने बच्चों जूस नहीं पिंदे अपने बच्चों बच्चे साडे कहिंदे आ जी सानू नैसले का जूस लै दो मैंगो नहीं पीना सेब का लै दो सेब का नहीं पीना आड़ू का लै दो इनू असीं की पुछांगे दस के जूस केड़ा पीना ये सानू दसेगा मसम्मी है ओए नहीं बोलदे इनू भाई चरी का जूस लै दे शटाले का जूस लै दे समझ लगी ना मकई का जूस लै दे मकई का पट्ठे नहीं होंगे जूस लै दे मादी कुकड़ केड़ियां गल्लां तू करन डेया तू हुसालिया इन्ना पता एदा ते तू एदे नाल जाया कर ओ जदों मेरे कोल सी इहनूं मैं संभाल के रख्या सी इहनूं मैं हीरे वरगा रख्या सी एडा संभालिया हुंदा ते लाती तलवा बैंदा ओ ओत्त लग्गा कोठे टपदा खोता तुहाडा ओ लत टुटी केड़ी ओ ते बंदा खिचण नूं फिरन डेया हो गया पैर ते लग्गिया स्लिप हो गया चलो भैन बिठाओ बिस्मिल्लाह ओ बस भाई बिठाओ असीं नहीं खोता बणा ओ बस असीं नहीं मैं किते होर नाल गल करा यार यार नाल ही बणा ओ मामा इहने कोल लिद कर दित्ती इन्हें कर दिता बेच पेशाब साडे रक्षे च बहना किन्ने आ दस तो तुसी पैंपर ला लो उत्थों पैंपर केड़ा तेरे पैंपर या ला के चले आ बड़ी गल है तेरी यार मैं कहना गल बात जानी भाजी फिर उस पासे आ तू गुस्सा ना करी पैंपर लाउने ओदा समान किन्ने समेटना पैंपर बिल्कुल तू गुस्सा नहीं करना जदों तेनू गुस्सा चढ़दा है ना तू फिर को वारदात पा देना हां ते पहले भी तेरू गुस्सा एक बारी चढ़िया तो पंप खोल लिया सी अज ना गुस्सा करी एडियां वारदातां दा प्रेशर ना पा साडे ते साडा रक्षा अपना असी को किस्तां ते नहीं लिया असी नहीं पाणा खोता चल काका पंजाब दीयां पुलिसां दे मगर किते आ जा सके नहीं बनना चाहुंदा साडा सौदा हुण नहीं बनना कम कर जाके चल गल करन दे चल मोड़ो रक्षा चल गई नकल मौत ही नहीं है तनु लोकां नूं लै जी मौत समझाला तू भी गल्लां ते जोर रखिया आया बेच ते बह जा ता कल वाई जाना आया रे वड्या तू बड़ा ड्राइवर बनया तू अपने लो टाइटैनिक चलाना वा किन्ना पहियां वाला रक्षा तेरा तेरा भी अज पता लग गया बाबा जी हेलो चाचे चल जा परे ओए
ਆਇਆ ਰਿਜ਼ਕ ਮੋੜੀ ਦਾ ਨਹੀਂ ਹੁੰਦਾ ਉਹ ਜਾ ਆਇਆ ਰਿਜ਼ਕ ਬੜਾ ਟਿਫਨ ਬਣੀ ਫਿਰ ਤਾਂ ਤੂੰ ਮਰਦਾ ਹੀ ਪਰੇ ਆ ਜਾ ਥੱਲੇ ਦੇ ਦੇਗਾ ਮੋੜ ਮੈਂ ਕਿਹਾ ਲੈ ਜਾ ਸਵਾਰੀ ਚੱਲੇ ਰਹਿ ਆ ਜਾ ਪਿੱਛੇ ਉਹ ਪਿੱਛੇ ਧੱਕਾ ਲਾ ਓਏ ਆ ਧੱਕਾ ਲਾਵਾ ਪਿੱਛੇ ਕੀ ਦਾ ਗੇਰ ਗੁਰ ਕੋ ਨਹੀਂ ਹੈਗਾ ਤੇਰੇ ਕੋਲ ਗੇਰ ਨਹੀਂ ਹੈਗਾ ਲੱਗਦਾ ਇਹਦਾ ਵੱਡਾ ਰਕਸ਼ਾ ਲਈ ਫਿਰਦਾ ਚੱਲ ਜਮਾਨੇ ਦੀ ਏ ਚੱਲ ਵੇ ਮੈਂ ਕਿਹਾ ਗੇਟ ਖੋਲ ਓ ਚੱਲ ਮੋੜ ਸਾਰੀ ਜ਼ਿੰਦਗੀ ਤੂੰ ਪੰਪ ਖੋਲ ਗੇਟ ਖੋਲ ਥੱਪੜ ਮਾਰੂ ਮੂੰਹ ਤੇ ਮੈਂ ਲਾ ਵੀ ਗੱਲ ਸੁਣ ਮੇਰੀ ਰਕਸ਼ਾ ਲੈ ਜਾ ਓਏ ਅੱਗੇ ਪਰੇ ਹੋ ਜਾ ਕੇ ਥੱਲੇ ਦੇ ਦੇ ਗਈ ਮੈਂ ਕਹਿੰਦਾ ਜਾਨਵਰ ਲੈ ਜਾ ਸਾਡਾ ਪੰਪ ਖੋਲਣ ਜਾ ਚੰਗੀ ਗੱਲ ਆ ਦਫਾ ਜਾ ਪਰੇ ਨਾਸਾ ਭੰਨਣੀਆਂ ਦੇ ਮੱਥੇ ਦਫਾ ਵੋ ਭਰਾ।